ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆਂਸ਼ੂ ਤੇ ਸਵਾਗਤ ਹੈ ਤੁਹਾਡਾ 2 ਮਿੰਟ ਪੰਜਾਬ 'ਚ ਜ਼ਿਮਨੀ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਸੀਐਮ ਮਾਨ ਤੇ ਐਮਪੀ ਸੰਦੀਪ ਪਾਠਕ ਨੇ ਕੀਤੀ ਅਹਿਮ ਮੀਟਿੰਗ ਆਉਣ ਵਾਲੀਆਂ 4 ਉਪਚੋਣਾਂ ਨੂੰ ਲੈ ਕੇ ਤੈਅ ਕੀਤੀ ਗਈ ਰਣਨੀਤੀ ਜ਼ਿਮਨੀ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਮਿਲੀ ਛੋਟ ਸੱਤਾਧਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਤਨਖਾਹੀਆਂ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਸੁਖਬੀਰ ਬਾਦਲ ਨੂੰ ਛੋਟ ਨਾ ਮਿਲਣ ਤੇ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਬਿਆਨ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਹੋਏ ਸਰਗਰਮ ਲਿਖਿਆ ਕਰ ਦਿਓ ਖਤਮ ਕੋਈ ਕਸਰ ਰਹਿ ਨਾ ਜਾਵੇ ਪੰਥ ਦਾ ਹੁਣ ਰੱਬ ਹੀ ਰਾਖਾ ਜਲੰਧਰ ਸੀਪੀ ਸਵਪਨ ਸ਼ਰਮਾ ਦੀ ਟੀਮ ਨੂੰ ਵੱਡੀ ਕਾਮਯਾਬੀ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ 2 ਕਿਲੋ ਫੀਮ ਸਮੇਤ 2 ਮੁਲਜ਼ਮ ਕਿਤੇ ਕਾਬੂ ਕੈਬਨਿਟ ਮੰਤਰੀ ਰਵਨੀਤ ਬਿੱਟੂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਮਝੌਤੇ 'ਚ 5 ਸਾਲ ਦਾ ਹੋਰ ਵਾਧਾ ਕਰਨ ਲਈ ਪੀਐਮ ਮੋਦੀ ਦਾ ਕੀਤਾ ਧੰਨਵਾਦ ਲਿਖਿਆ ਸਾਰੇ ਸਿੱਖ ਸਮਾਜ ਲਈ ਇੱਕ ਹੋਰ ਅਨਮੋਲ ਤੋਹਫਾ ਲੁਧਿਆਣਾ 'ਚ DGP ਪੰਜਾਬ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ 14 ਨਵੀਆਂ ਗੱਡੀਆਂ ਨੂੰ ਦਿੱਤੀ ਹਰੀ ਝੰਡੀ ਹੁਣ ਸੜਕਾਂ 'ਤੇ ਦੌੜਨਗੀਆਂ ਪੰਜਾਬ ਪੁਲਿਸ ਦੀਆਂ ਨਵੀਆਂ ਗੱਡੀਆਂ MSME ਤੇ ਨੀਤੀ ਆਯੋਗ ਵਰਕਸ਼ਾਪ 'ਚ ਸੀਐਮ ਮਾਨ ਨੇ ਲਿਆ ਹਿੱਸਾ ਬੋਲੇ MSME ਪੰਜਾਬ ਦੀ ਨੀਂਹ 99% ਝੂਨਾ ਦੇਸ਼ ਲਈ ਅਸੀਂ ਪੈਦਾ ਕਰ ਰਹੇ ਹਾਂ ਇਸ ਵਾਰ ਅਸੀਂ 180 ਲੱਖ ਮੀਟ੍ਰਿਕ ਟਨ ਚੌਲ ਦੇ ਰਹੇ ਹਾਂ ਪੰਜਾਬ ਦੀ ਬਾਸਮਤੀ ਦੁਨੀਆ ਭਰ 'ਚ ਸਭ ਤੋਂ ਬੈਸਟ ਕਪੂਰਥਲਾ 'ਚ ਵੱਡੀ ਵਾਰਦਾਤ ਮੈਡੀਕਲ ਲਈ ਆਏ ਕੈਦੀ ਨੂੰ ਬੰਦੂਕ ਦੀ ਨੋਕ 'ਤੇ ਭਜਾਉਣ ਦੀ ਕੋਸ਼ਿਸ਼ ਪੁਲਿਸ ਦੀ ਗੱਡੀ ਘੇਰ ਛੁਡਵਾਇਆ ਕੈਦੀ ਪੁਲਿਸ ਨੇ PCR ਟੀਮ ਦੀ ਮਦਦ ਨਾਲ ਮੁਲਜ਼ਮਾਂ ਨੂੰ ਸਬਜ਼ੀ ਮੰਡੀ ਤੋਂ ਕੀਤਾ ਕਾਬੂ ਕੈਨੇਡਾ ਤੋਂ ਆਈ ਮੰਦਭਾਗੀ ਖਬਰ ਸਾਹਮਣੇ ਬੇਕਰੀ ਵਾਲੇ ਅਵਨ 'ਚ ਸੜ ਕੇ ਪੰਜਾਬੀ ਕੁੜੀ ਦੀ ਮੌਤ ਮ੍ਰਿਤਕ ਕੁੜੀ ਦਾ ਨਾਂ ਗੁਰਸਿਮਰਨ ਕੌਰ ਜਲੰਧਰ ਦੀ ਰਹਿਣ ਵਾਲੀ ਗੁਰਸਿਮਰਨ ਕੌਰ ਮਾਂ ਨਾਲ ਵਾਲਮਾਰਟ 'ਚ ਕਰਦੀ ਸੀ ਕੰਮ ਪੁਲਿਸ ਕਰ ਰਹੀ ਜਾਂਚ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।